ਨੌਜਵਾਨਾਂ 'ਚ ਵਿਦੇਸ਼ ਜਾਣ ਦੀ ਲਾਲਸਾ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਵਿਦੇਸ਼ ਜਾਣ ਲਈ ਨੌਜਵਾਨ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਨੇ, ਜਿਸ ਦੇ ਚੱਲਦਿਆਂ ਅਕਸਰ ਉਹਨਾਂ ਨੂੰ ਧੋਖੇ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਹੁਣ ਨੌਜਵਾਨਾਂ ਨੇ ਐਗਰੀਮੈਂਟ ਮੈਰਿਜ ਕਰਵਾ ਕੇ ਵਿਦੇਸ਼ ਜਾਣ ਲਈ ਇੱਕ ਨਵਾਂ ਰਾਹ ਲੱਭਿਆ ਹੈ, ਪਰ ਇਸ ਤਰੀਕੇ ਨਾਲ ਵੀ ਧੋਖਾਧੜੀ ਦੇ ਮਾਮਲਿਆਂ 'ਚ ਹੁਣ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ 'ਚ ਸਾਹਮਣੇ ਆਇਆ ਹੈ, ਜਿੱਥੇ ਇੱਕ ਆਈਲੈਟਸ ਪਾਸ ਲੜਕੀ ਨੇ ਇੱਕ ਨੌਜਵਾਨ ਨਾਲ ਕੰਟਰੈਕਟ ਮੈਰਿਜ ਕਰਵਾਈ ਅਤੇ ਵਿਦੇਸ਼ ਜਾਣ ਤੋਂ ਬਾਅਦ ਨੌਜਵਾਨ ਨਾਲ ਸੰਪਰਕ ਕਰਨਾ ਖਤਮ ਕਰ ਦਿੱਤਾ। ਨੌਜਵਾਨ ਨੇ ਸੰਬੰਧੀ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਭਾਨੋਕੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੀ ਸਾਲ 2017 'ਚ ਬਾਈਬਲਪੁਰ ਦੀ ਰਹਿਣ ਵਾਲੀ ਨਵਜੋਤ ਕੌਰ ਨਾਲ ਮੰਗਣੀ ਹੋਈ ਸੀ, ਜਿਸ ਤੋਂ ਬਾਅਦ ਲੜਕੀ ਦੇ ਵਿਦੇਸ਼ ਜਾਣ ਦਾ ਸਾਰਾ ਖਰਚਾ ਲੜਕੇ ਵਾਲਿਆਂ ਨੇ ਹੀ ਕੀਤਾ ਸੀ। ਵਿਆਹ ਤੋਂ ਕੁਝ ਦਿਨ ਬਾਅਦ ਨਵਜੋਤ ਆਪਣੇ ਪੇਕੇ ਚਲੀ ਗਈ ਅਤੇ ਬਿਨਾਂ ਦੱਸੇ ਹੀ ਵਿਦੇਸ਼ ਵੀ ਚਲੀ ਗਈ ਅਤੇ ਗੁਰਪ੍ਰੀਤ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। ਪੀੜਤ ਨੌਜਵਾਨ ਗੁਰਪ੍ਰੀਤ ਸਿੰਘ ਨੇ ਲੜਕੀ ਦੇ ਪਰਿਵਾਰ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੱਕੇ ਵਿਆਹ ਦੀ ਗੱਲ ਹੋਈ ਸੀ ਪਰ ਹੁਣ ਉਹ ਮੁੱਕਰ ਰਹੇ ਨੇ। ਨੌਜਵਾਨ ਦਾ ਕਹਿਣਾ ਹੈ ਕਿ ਹੁਣ ਤੱਕ ਉਹ ਲੜਕੀ ਨੂੰ ਕਈ ਲੱਖ ਰੁਪਏ ਦੇ ਵੀ ਚੁੱਕਿਆ। ਭਾਅ ਜੀ ਹੁਣਾਂ ਨੂੰ ਮੈਂ ਕਿਹਾ, ਉਹਨੇ ਮੈਨੂੰ ਬਲੌਕ ਕਰ ਦਿੱਤਾ। ਫਿਰ ਭਾਅ ਜੀ ਉਹਨਾਂ ਦੇ ਜ਼ੋਰ ਕਹਿਣ ਪਾਉਣ 'ਤੇ ਆ ਗਏ ਇੱਥੇ ਉਹ, ਫਿਰ ਆ ਕੇ ਫਿਰ ਮੇਰੇ ਨਾਲ ਵਿਆਹ ਕਰਾ ਲਿਆ, ਫਿਰ ਮੈਨੂੰ ਦੱਸੇ ਤੋਂ ਬਗੈਰ ਫਿਰ ਬਾਹਰ ਚੱਲ ਗਈ ਉਹ। ਫਿਰ ਮੈਂ ਉਹਨੂੰ ਫੋਨ ਕੀਤਾ, ਜਿੱਦਾਂ ਭਾਅ ਜੀ ਉਹਨਾਂ ਨੂੰ ਮੈਨੂੰ ਸੱਦੇ ਬਾਹਰ, ਮੈਨੂੰ ਬਾਹਰ ਸੱਦੇ। ਫਿਰ ਉਹਨੇ ਡਿਮਾਂਡ ਰੱਖੀ 7 ਲੱਖ ਦੀ, ਫਿਰ ਉਹਨੂੰ ਕਿਹਾ 7 ਲੱਖ ਤੈਨੂੰ ਅਸੀਂ ਦੇ ਦਿੰਦੇ ਹਾਂ, ਹੈ ਨਾ, 2 ਲੱਖ ਉਹਦੇ ਅਕਾਊਂਟ 'ਚ ਅਸੀਂ ਜਮ੍ਹਾਂ ਕਰ ਦਿੱਤਾ ਅਤੇ 5 ਲੱਖ ਉਹਨੂੰ ਇੱਥੇ ਆਈ ਨੂੰ ਦੇਵਾਂਗੇ। ਉਹ ਹੁਣ ਆਈ ਓ ਆ ਇੱਥੇ ਜੀ, ਸਾਡੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਜੀ। ਜੀ ਪੱਕੇ ਵਿਆਹ ਦੀ ਗੱਲ ਹੋਈ ਸੀ, ਕੱਚਾ ਕਰ ਦਿੱਤਾ ਜੀ। ਉਹ ਸਾਰੇ ਉਹਨਾਂ ਘਰ ਦੇ ਰਲੇ ਹੋ ਆ ਜੀ, ਪੈਸੇ ਖਾਣ 'ਤੇ ਹੋਏ ਹੋ ਜੀ। ਜੀ ਸ਼ੁਰੂ ਤੋਂ ਪਲੈਨਿੰਗ ਸੀਗੀ ਜੀ। ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਸਾਰੀ ਜ਼ਮੀਨ ਵੇਚ ਕੇ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਲੜਕੀ ਨੂੰ ਦਿੱਤੇ ਸਨ, ਪਰ ਉਹਨਾਂ ਨਾਲ ਧੋਖਾ ਹੋਇਆ। ਨੌਜਵਾਨ ਦੇ ਪਿਤਾ ਨੇ ਇਨਸਾਫ ਦੀ ਮੰਗ ਕੀਤੀ ਹੈ। ਕੀਤਾ ਸੀਗਾ ਅਸੀਂ ਆਪਣੇ ਘਰੇ ਵਾਸਤੇ ਜੀ, ਅਤੇ ਲੇਕਿਨ ਸਾਨੂੰ ਹੋ ਗਏ ਬਹੁਤ ਜ਼ਿਆਦਾ ਮਾੜੇ ਜੀ। ਪੈਸੇ ਜੀ ਕੁਛ ਤਾਂ ਮੇਰੇ ਕੋਲ ਜ਼ਮੀਨ ਸੀ ਥੋੜ੍ਹੀ ਜੀ, ਉਹ ਵੇਚੀ ਜੀ, ਕੁਛ ਮੇਰੀ ਕੁੜੀ ਤੋਂ ਮੈਂ ਕੁਛ ਕਰੇ, ਕੁਛ ਰਿਸ਼ਤੇਦਾਰਾਂ ਤੋਂ ਇਕੱਠੇ ਕੀਤੇ, ਜਾਂ ਸਾਡੇ ਪੈਸੇ ਵਾਪਸ ਕੀਤੇ ਜਾਣ ਜਾਂ ਸਾਨੂੰ ਜੀ ਕੋਈ ਇਨਸਾਫ ਚਾਹੀਦਾ ਜੀ। ਉਧਰ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਲੜਕੇ ਨੂੰ ਬਾਹਰ ਲੈ ਕੇ ਜਾਣ ਦਾ ਐਗਰੀਮੈਂਟ ਹੋਇਆ ਸੀ, ਅਸੀਂ ਹੁਣ ਵੀ ਆਪਣੇ ਕਹਿਣ ਮੁਤਾਬਕ ਲੜਕੇ ਨੂੰ ਬਾਹਰ ਲੈ ਕੇ ਜਾਵਾਂਗੇ। ਉਹਨੇ ਸਾਡੀ ਬੇਟੀ ਧੋਖੇ ਨਾਲ ਸੱਦੀ ਆ, ਜਦਕਿ ਅਸੀਂ ਮੰਨਦੇ ਹਾਂ, ਸਾਡੇ ਸਾਰੇ ਪਿੰਡ 'ਚ ਤੁਸੀਂ ਪਤਾ ਕਰ ਲਓ, ਅਸੀਂ ਕਹਿੰਦੇ ਹਾਂ ਅਸੀਂ ਇਹਨਾਂ ਦਾ ਮੁੰਡਾ ਨੰਘਾਵਾਂਗੇ, ਜਦਕਿ ਸਰ ਇਹਨਾਂ 2 ਸਾਲ ਦਾ ਖਰਚਾ ਬਣਦਾ ਦੇਣਾ ਸਾਨੂੰ, ਅਸੀਂ ਫਿਰ ਵੀ 1 ਸਾਲ ਦਾ ਖਰਚਾ ਲੈ ਕੇ ਇਹਨਾਂ ਦਾ ਮੁੰਡਾ ਨੰਘਾ ਰਹੇ ਹਾਂ। ਸਾਡਾ ਸਰ ਐਗਰੀਮੈਂਟ ਹੋਇਆ ਸੀ ਕਿ ਅਸੀਂ ਇਹਨਾਂ ਦਾ ਬੱਚਾ ਨੰਘਾਵਾਂਗੇ, ਇਹਨਾਂ ਦਾ ਅਸੀਂ ਹੁਣ ਵੀ ਕਹਿੰਦੇ ਅਸੀਂ ਨੰਘਾਵਾਂਗੇ, ਇਹ ਕਹਿੰਦਾ ਮੈਨੂੰ ਐਗਰੀਮੈਂਟ ਲਿਖਿਆ ਦਿਖਾਓ। ਸਰ ਜੇ ਸਾਡੇ ਚਿੱਤ 'ਚ ਬੇਈਮਾਨੀ ਹੁੰਦੀ ਅਸੀਂ ਜ਼ਰੂਰ ਲਿਖਦੇ। ਟਿਕਟ ਅਸੀਂ ਆਪਣੇ ਕੋਲੋਂ ਕਰਾਈ, ਸ਼ੋਪਿੰਗ ਕਰਾਈ, ਡਾਲਰ ਆਪਣੇ ਕੋਲੋਂ ਦਿੱਤੇ। ਇਹ ਕਹਿੰਦੇ ਅਸੀਂ 22 ਲੱਖ ਲੈਣਾ, ਜਿਹਦਾ ਕੋਈ ਸਾਡੇ ਕੋਲ ਪ੍ਰੂਫ ਨਹੀਂ 22 ਲੱਖ ਦਾ, 13.5 ਲੱਖ ਦਿੱਤਾ, ਅਸੀਂ ਦੇਣ ਨੂੰ ਤਿਆਰ ਹਾਂ ਇਹਨਾਂ ਨੂੰ। ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਦਰਖਾਸਤ ਆਈ ਸੀ, ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਗੁਰਪ੍ਰੀਤ ਨੇ ਵੀ ਉਹਨਾਂ ਕੋਈ ਫਰੌਡ ਹੋਇਆ, ਕੀ ਮਾਮਲਾ ਕੀ ਹੈ? ਇਹ ਗੁਰਪ੍ਰੀਤ ਸਿੰਘ ਪੁੱਤਰ ਦਿਲਬਾਗ ਸਿੰਘ, ਇਹਨਾਂ ਨੇ ਇੱਕ ਦਰਖਾਸਤ SSP ਸਾਹਿਬ ਨੂੰ ਦਿੱਤੀ ਸੀਗੀ, ਤਾਂ ਮੇਰੇ ਕੋਲ ਹੁਣੇ ਆਈ ਹੈ। ਅਸੀਂ ਇਹ 'ਚ ਵੈਰੀਫਾਈ ਕਰ ਲੈਂਦੇ ਹਾਂ ਕਿ ਕੁੜੀ ਜਿਹੜੀ ਨਵਜੋਤ ਹੈਗੀ ਹੈ, ਇਹਨੇ ਮਤਲਬ ਮੈਰਿਜ ਕਰਵਾਈ ਸੀ ਕਿ ਜਿਹੜਾ ਮੇਰਾ ਖਰਚਾ ਸਾਰਾ ਤੁਸੀਂ ਉਠਾਓਗੇ ਅਤੇ ਉਸ ਤੋਂ ਬਾਅਦ ਮੈਂ ਲੜਕੀ ਨੂੰ ਬਾਹਰ ਲੈ ਜਾਵਾਂਗੀ। ਇਹ ਹੁਣ DSP ਗੁਰਪ੍ਰੀਤ ਹੈਗੇ ਹੈ, ਮੁਹੰਮਦ ਸਰ ਦੇ ਹੈ, ਅਸੀਂ ਉਹਨਾਂ ਨੂੰ ਕੰਪਲੇਂਟ ਦੇ ਦਾਂਗੇ ਤਾਂ ਜੋ ਪੂਰੀ ਜਾਂਚ ਕਰਨ ਇਹਨਾਂ 'ਚ ਕੀ ਹੈਗਾ ਕੀ ਨਹੀਂ, ਤਾਂ ਉਸ ਤੋਂ ਬਾਅਦ ਅਸੀਂ ਤੁਹਾਨੂੰ ਪੂਰੇ ਤਰੀਕੇ ਨਾਲ ਦੱਸਾਂਗੇ। ਅਸਲ 'ਚ ਸ਼ਿਕਾਇਤ ਕਰਦੇ ਨੇ, ਸ਼ਿਕਾਇਤ ਕੀ ਸੀ ਉਹਦੀ? ਸ਼ਿਕਾਇਤ ਇਹ ਸੀ ਕਿ ਉਹ ਪਾਸਪੋਰਟ ਵਗੈਰਾ ਲੜਕੀ ਬਾਹਰ ਪੜ੍ਹਨ ਵਾਸਤੇ
ਗਈ ਸੀ, ਸਾਰਾ ਖਰਚਾ ਇਨਲੋਜ਼ ਨੇ ਕੀਤਾ ਸੀਗਾ। ਉਸ ਤੋਂ ਬਾਅਦ ਲੜਕੇ ਨੂੰ ਲੈ ਕੇ ਜਾਣਾ ਸੀਗਾ, ਤਾਂ ਉਹ ਲੜਕੇ ਦਾ ਜਿਹੜਾ ਪਾਸਪੋਰਟ ਸੀਗਾ ਉਹਦੇ 'ਤੇ ਮਤਲਬ ਕੋਈ ਮੈਰਿਜ ਵਗੈਰਾ ਨਹੀਂ ਚੜ੍ਹੀ ਹੋਈ ਸੀਗੀ, ਤਾਂ ਹੋਰ ਕੋਈ ਪ੍ਰੋਬਲਮ ਸੀਗੀਆਂ ਛੋਟੀਆਂ ਮੋਟੀਆਂ, ਉਹ ਕਲੀਅਰ ਆਊਟ ਹੋ ਜਾਂਦਾ। ਅਤੇ ਐਟਲੀਸਟ ਹੁਣ ਕੀ ਮਤਲਬ ਆਪਣੀ ਕੀ ਕਾਰਵਾਈ ਕੀਤੀ ਜਾਏਗੀ ਪ੍ਰੈਸਟ? ਫਿਲਹਾਲ ਸਾਨੂੰ ਕੰਪਲੇਂਟ ਆਈ ਹੈ, ਸਾਡੇ DSP ਸਾਹਿਬ ਇਹਨੂੰ ਅੱਛੀ ਤਰ੍ਹਾਂ ਵੈਰੀਫਾਈ ਕਰਨਗੇ, ਤਾਂ ਉਸ ਤੋਂ ਬਾਅਦ ਅਸੀਂ ਤੁਹਾਨੂੰ ਪੂਰਾ ਮਤਲਬ ਸ਼ੁੱਧ ਤਰੀਕੇ ਨਾਲ ਦੱਸਾਂਗੇ। ਲੋੜ ਹੈ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਸਬਕ ਲੈਣ ਦੀ, ਤਾਂ ਜੋ ਉਹਨਾਂ ਦੇ ਨਾਲ ਅਜਿਹਾ ਭਾਣਾ ਨਾ ਵਾਪਰੇ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ, D5 ਚੈਨਲ ਪੰਜਾਬੀ।